ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੰਜ ਕਰਾਈ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨੂੰ ਭਲਵਾਨ ਹੁਣ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ 2 ਸੂਈਆਂ ਵਾ ਅਤੇ 2 ਗੱਭਣਾਂ ਵਾ, ਅਤੇ ਦੋਵੇਂ ਤਾਜ਼ੀਆਂ ਸੂਈਆਂ ਅਤੇ ਦੋਵਾਂ ਮਗਰ ਹੀ ਚੰਗੀਆਂ ਜਰਸੀਆਂ ਵਛੀਆਂ ਵਾ ਜਿਹੜੀਆਂ। ਗੱਲਬਾਤ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਆਪਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਚਲੋ ਵਧੀਆ ਚੀਜ਼ਦਾ ਜੀ। ਘੁੰਮ ਆਏ ਜੀ ਮੰਡੀ? ਫਿਰ ਠੀਕ ਹੈ, ਇਹੋ ਜਿਹਾ ਮਾਹੌਲ ਚੱਲ ਫਿਰ ਉੱਥੇ ਠੀਕ ਆ। ਚਲੋ ਪਸ਼ੂ ਵੀ ਚੰਗੇ ਆਏ ਸਾਰੇ? ਹਾਂਜੀ ਪਸ਼ੂ ਤਾਂ ਬਹੁਤ ਜ਼ਿਆਦਾ ਆਇਆ। ਹਾਂਜੀ ਹਾਂਜੀ, ਅਤੇ ਚਲੋ ਨਾਮ ਦੱਸ ਦਿਓ ਇੱਕ ਵਾਰੀ। ਨਾਮ ਮੇਰਾ ਸੁਣ ਪਿਆ ਹਾਂਜੀ, ਪਿੰਡ ਪੰਜ ਕਰਾਈਆਂ, ਤਹਿਸੀਲ ਦੇ ਨਾਲ ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲ ਦਿਓ ਇੱਕ। 9818-9790-90। ਠੀਕ ਆ, ਅੱਜ 2 ਸੂਈਆਂ 2 ਗੱਭਣਾਂ ਨਾ? ਹਾਂ 2 ਗੱਭਣਾਂ 2 ਸੂਈਆਂ। ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ 'ਤੇ ਹੀ ਆ, ਜਿਹੜੀ ਤਾਜ਼ੀ ਸੂਈ ਆ ਨਾੜੋ ਆਪਾਂ ਦੇਖ ਸਕਦੇ, ਬਿਲਕੁਲ ਨਾਲ ਤਾਜ਼ਾ ਹੀ ਜਿਹੜਾ, ਅਤੇ ਮਗਰ ਇਹਦੇ ਵੱਛੀ ਆ, ਜਰਸੀ ਵੱਛੀ ਆ, ਅਤੇ ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ, ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਵਾ। ਕਿੰਨਾ ਚਿਰ ਹੋਇਆ ਵੀਰ ਜੀ ਇਹਨਾਂ ਸੂਈ ਨੂੰ? ਇਹ ਵੀਰ ਜੀ ਪਰਸੋਂ ਦੀ ਸੂਈ ਹੈ। ਅੱਛਾ, ਹਾਂਜੀ ਹਾਂਜੀ। ਅਤੇ ਕਿੰਨਾ ਕੁ ਬੋਲਾ ਜੀ ਇਹਦੇ ਕੋਲ? ਇਹਦੇ ਕੋਲ ਵੀਰ ਜੀ ਬੱਚੇ ਦਾ ਪਾ ਕੇ 10-11 ਕਿਲੋ ਜੀ। 10-11 ਲੀਟਰ ਹੈਗਾ ਵਾ? ਹਾਂਜੀ ਹਾਂਜੀ, ਹੁਣ ਜਿਹੜਾ ਮੌਕੇ ਦਾ ਜੀ। ਅਤੇ ਕਿੰਨਾ ਕੁ ਚਵਾਈ ਜਾਊਗੀ? ਦੁੱਧ 14-15 ਕਿਲੋ ਚਵਾਈ ਜਾਊਗੀ। ਤੋਰ ਹਾਂ ਫਿਰ ਇੱਕ ਸੇਵਾ ਦਾ ਹੀ ਹੁੰਦਾ, ਬਾਕੀ ਦੁੱਧ ਸੇਵਾ ਦਾ ਗਾੜੀ, ਇਹ ਤੁਸੀਂ ਆਪਣੀ ਸਮਝਣਾ, ਆਪਣੇ ਅੰਦਾਜ਼ੇ ਨਾਲ ਵੇਖਣਾ ਵੀ ਕਿੰਨਾ ਕੁ ਚਵਾ ਸਕਦੀ ਹੈ, ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈ। ਬਾਕੀ ਅੱਜ ਮੌਸਮ ਵੀ ਥੋੜ੍ਹਾ ਬਦਲ ਵਾਲਾ ਹੀ ਆ, ਮੀਂਹ ਪੈਣ ਦਿਆ ਜਿਹੜਾ ਬਾਹਰ, ਅੱਜ ਅੱਜ ਲਾਇਆ ਜੀ। ਕੁਛ ਕੁਛ ਭਲਾ ਵੀ ਜੇ ਹਵਾਨੇ 'ਤੇ ਜਿਹੜੀਆਂ ਨਾ ਹੈਗੀਆਂ ਵਾ, ਬਾਕੀ ਠੰਡੀ ਠੁੰਡੀ ਬੜੀ, ਕੋਈ ਰੱਸੀ ਪਾਉਣ ਦੀ ਲੋੜ ਨਹੀਂ। ਠੀਕ ਆ ਜੀ, ਕੋਈ ਰੱਸੀ ਪਾਉਣ ਦੀ। ਠੀਕ ਆ, ਅਤੇ ਇਹਦਾ ਮੁੱਲ? ਮੁੱਲ ਵੀਰ ਜੀ ਜਿੱਦਾਂ ਆਪਾਂ ਗੱਲ ਮੰਡੀ ਗਏ, ਲੋਕੀ ਦੇ 1,00,000 80-90 ਹਜ਼ਾਰ ਕਰੀ ਜਾਂਦੇ, ਆਪਾਂ ਨਿਗਾਹ 'ਚ ਜਾਇਜ਼ ਹੀ ਕਰਨਾ ਮੁੱਲ। ਹਾਂਜੀ 40,000 ਦੀ ਦੇ ਦੇਈਏ। 40,000 'ਚ ਕੁਛ ਛੋਟ ਕਰ ਦਈਏ? ਕਰ ਦਿਓ ਜਿੰਨੀ ਤੁਸੀਂ ਕਰਨੀ ਕਰ ਦਿਓ। 2,000 ਕਰ ਦਈਏ ਵੀਰ ਜੀ? ਹਾਂ ਨਾ ਜਿਹੜੀ ਹੋਣੀ ਜੇ ਨਾ, ਹਾਂਜੀ ਜਿਹਦੇ ਵਿੱਚੋਂ 200 ਛੋੜ ਹੀ ਹੋਣੀ ਆ। ਹਾਂਜੀ 35,000 ਦੀ ਦੇਵਾਂਗੇ। ਹਾਂ ਅੱਛਾ, 35,000 ਦੀ? 35,000 ਦੀ ਦੇਵਾਂਗੇ ਵੀਰ ਜੀ। ਠੀਕ ਆ, ਬਾਕੀ ਆ ਥੋੜਾ ਜਿਹਾ ਜਿਹੜਾ ਮਗਰ ਆ, ਇਹ ਗੱਡੀ 'ਚ ਲਾਉਣ ਲੱਗਿਆ ਕਈ ਦੀ ਵੱਜ ਜਾਂਦੀਆਂ ਉਹਦੇ ਲਾਗੇ ਨਾ, ਲੱਗਦਾ ਰਿਹਾ ਡਾਲੇ ਦੇ ਨਾਲ ਲੱਗਦਾ। ਹਾਂਜੀ ਹਾਂਜੀ, ਕਈ ਵਾਰੀ ਲੱਦੀਆਂ ਹੁੰਦੀਆਂ ਜਦੋਂ, ਤੇ ਉਹ ਕੋਈ ਨਹੀਂ ਉਤਰਾ ਨਹੀਂ ਵੀ ਕੋਈ ਦਰਦ ਜਾਂ ਉਹ ਰੰਗ ਹੀ ਜਿਹੜਾ ਉਹਦਾ ਬਦਲਿਆ ਥੋੜਾ ਜਿਹਾ ਉੱਥੋਂ, ਕਈ ਵਾਰੀ ਵੀਡੀਓ 'ਚ ਲੱਗਦਾ ਵਾ। ਤੇ ਹੁਣ ਜਿਹੜੀ ਤੁਹਾਨੂੰ ਵਿਖਾਉਣੀ ਆ, ਬਾਕੀ ਚਲੋ ਵੈੜ ਤੇ ਆਪ ਜਿਸ ਤਰ੍ਹਾਂ ਹੈਗੀ ਹੈਗੀ ਆ, ਮਗਰ ਵੱਛੀ ਚੰਗੇ ਟੀਕੇ ਦੀ ਆ। ਵੱਛੀ ਪਿਓਰ ਜਲਸੀ, ਵੱਛੀ ਨੂੰ ਕਿਸੇ ਨੇ ਚੰਗਾ ਟੀਕਾ ਭਰਾਇਆ, ਗਾਂ ਨੂੰ ਚੰਗਾ ਟੀਕਾ ਭਰਾਇਆ ਵਾ, ਤੇ ਵੱਛੀ ਮਗਰ ਬੜੀ ਚੰਗੀ ਆਈ ਆ। ਹਾਈਟ ਲੈਂਥ ਵੱਛੀ ਦੀ ਹੁਣ ਤੋਂ ਹੀ ਚੰਗੀ ਆ, ਜੇ ਕੋਈ ਚੰਗੀ ਸਾਂਭ ਨਾਲ ਲੈ ਜੂਗਾ ਵੱਛੀ ਵੀ ਚੰਗੀ ਤਿਆਰ ਹੋਣੀ ਆ। ਤੇ ਸੂਆ ਕਿਨਵਾ 'ਚ ਵਿੱਧੀ ਆ? ਪਹਿਲਾ ਸੂਆ। ਹੁਣ ਬਾਕੀ ਜਿੰਨੀਆਂ ਤੁਹਾਨੂੰ ਵਿਖਾਉਣੀਆਂ ਸਾਰੀਆਂ ਤੇ ਛੋਟੇ ਛੋਟੇ ਸਿੰਗ ਹੈਗੇ ਆ। ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਵੀਰ ਜੀ ਕੋਈ ਹਫ਼ਤੇ ਦੇ 10-12 ਦਿਨ ਹੋ ਗਏ। ਅੱਛਾ, ਤੇ ਇਹਦੇ ਕੋਲ ਦੁੱਧ ਕਿੰਨਾ? ਇਹਦੇ ਕੋਲ ਵੀਰ ਜੀ ਬੱਚੇ ਦਾ ਪਾ ਕੇ 9 ਕਿਲੋ ਹੋਊਗਾ। ਅੱਛਾ, ਤੋਰੀ ਆਈ ਆ ਸਾਡੇ ਕੋਲ। ਠੀਕ ਆ, ਖੋਲੋ ਹਾਂ ਫਿਰ ਤੋਰ ਦੀਏ। ਸੂਆ ਪਹਿਲਾਂ ਹੀ ਆ ਤੇ ਦੁੱਧ 9 ਕੁ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਹੈਗਾ ਵਾ। ਬਾਕੀ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ।
ਬਾਕੀ ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ, ਲੈ ਜਾਓ। ਬਾਕੀ ਠੰਡੀ ਠੁੰਡੀ ਇਹ ਨਹੀਂ ਵੀ ਕੋਈ ਰੱਸੀ ਪਾਉਣ ਦੀ ਇਹਨੂੰ ਲੋੜ, ਇਹ ਵੀ ਠੰਡੀ ਧੀਰੀ ਆ ਤੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ। ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਫਿਰ ਮੁੱਲ? ਆਪਾਂ ਵੀਰ ਜੀ ਮੁੱਲ ਕਰਾਉਣ ਲਈ ਭਾਵੇਂ 35 ਕਰਾ ਲਓ, ਹਾਂਜੀ ਇਹਦੇ ਵਿੱਚੋਂ ਛੋੜ ਹੀ ਹੋਣੀ ਨਾ 30,000 ਦੀ ਦੇਵਾਂਗੇ। 36,000 ਦੀ ਵਿੱਚੋਂ ਛੋੜ ਕਰ ਦੋਗੇ? 200 ਰੁਪਇਆ ਛੋੜ ਕਰਾਂਗੇ ਜੀ। ਠੀਕ ਹੈ ਜੀ, ਤੇ ਆਹ ਦੋ ਗੱਬਣਾ ਆ ਗਈਆਂ ਹਨਾ। ਹਾਂਜੀ ਗੱਬਣਾ। ਤੇ ਆਹ ਕਿੰਨੇ ਕੁ ਦੁੱਧ ਵਾਲੀ ਜੇ? ਇਹ ਵੀਰ ਜੀ ਘਰ ਵਾਲੇ ਦੇ ਆ ਤੇ ਥੋੜਾ ਸਾਰਾ ਜਦੋਂ ਪਹਿਲਾਂ ਸੀ। ਅੱਛਾ, ਬਾਕੀ ਇਹ ਹੈ ਕਿ ਗਾੜੀ ਵੀਰ ਵੇਖ ਲੈ ਹੁੰਦਾ ਵੀਰ ਜੀ ਸੇਵਾ ਦਾ, ਚਲੋ ਚਵਾਉਗੀ ਸਹੀ। ਚਲੋ ਆਪਾਂ ਉਹਨਾਂ ਦੀ ਮਰਜ਼ੀ ਦੇਣ, ਕਹਿੰਦੇ 15 ਕਿਲੋ ਦੇ ਹੱਸ ਕੇ ਚਵਾਉਗੀ ਨਾ। ਠੀਕ ਆ, ਹਾਂਜੀ ਤੋਰੋ ਹਾਂ ਫਿਰ ਕਰੀ ਨਾ। ਥਾਣੇ ਦੇ ਵੀ ਲਾਗੇ ਤਾਂ ਦੇਖ ਸਕਦੇ ਜੀ। ਲੈ ਜਾ ਜੀ, ਬਾਕੀ ਚੰਗੀ ਤਿਆਰ ਹੁੰਦੀ ਹੈ। ਠੰਡੀ ਠੁੰਡੀ ਇਹ ਨਹੀਂ ਵੀ ਜਿਸ ਤਰ੍ਹਾਂ ਮਰਜ਼ੀ ਕੋਈ ਬਹਿ ਕੇ। ਠੀਕ ਹੈ, ਭੁੜਕਣਾ ਨਹੀਂ ਹੈ। ਕਿੰਨਾ ਰੱਖਣਾ ਇਹਦਾ ਮੁੱਲ ਆਪਾਂ ਵੀਰ ਜੀ? ਮੁੱਲ ਕਰਾਉਣ ਲਈ ਭਾਵੇਂ 45-46 ਕਰਾ ਲਓ। ਹਾਂਜੀ ਜਿਹੜੀ ਛੋੜ ਹੀ ਹੋਣੀ 240,000 ਦੀ ਦੇਵਾਂਗੇ। ਅੱਛਾ, 40,000 ਚ ਛੋੜ ਕਰ ਦਿਓ? ਛੋੜ ਹੀ ਕਰਾਂਗੇ ਵੀਰ ਜੀ। ਬੱਚੀ ਜੇ ਅੱਜ ਸੂਈ ਹੋਵੇ ਤੇ ਬੱਚੀ ਇਹੋ ਜਿਹੀ ਮੰਡੀ ਵੀ ਗੰਢੀ 80-90,000 ਦੀਆਂ। ਹਾਂਜੀ ਹਾਂਜੀ, ਠੀਕ ਆ। ਤੇ ਇਹਦਾ ਕਾਫੀ ਤੁਹਾਨੂੰ ਦਿਖਾਈਏ, ਕੱਦ ਕਾਠ ਇਹਦਾ ਚੰਗਾ ਵਾ ਤੇ ਥਣ ਵੀ ਇਹਦੇ ਕੋਲ ਕਾਫੀ ਪਿਆਰਾ ਵਾ। ਇਹਦੇ ਵੀ ਬਿਲਕੁਲ ਛੋਟੇ ਛੋਟੇ ਸਿੰਗ ਹੈਗੇ ਆ। ਇਹ ਕਿੰਨੇ ਕੁ ਦੁੱਧ ਵਾਲੀ ਜੇ ਵੀਰ ਜੀ? ਵੀਰ ਜੀ ਪਹਿਲਾਂ ਸੂਆ 10,000 ਦਾ। ਅੱਛਾ, ਹਾਂਜੀ ਹਾਂਜੀ ਠੀਕ ਹੈ। ਚਲੋ 13-14 ਕਿਲੋ ਤੇ ਕਰੋ, ਬਾਕੀ ਦੁੱਧ ਵੀਰ ਜੀ ਸੇਵਾ ਦਾ ਹੁੰਦਾ ਜੀ। ਹਾਂਜੀ ਹਾਂਜੀ, ਜਿੰਨਾ ਪਾਲੋ ਉਹਨਾਂ ਚਲੋ। ਤੋਰੋ ਠੰਡੀ ਬੜੀ ਜੇ, ਇਹ ਨਹੀਂ ਵੀ ਕੋਈ, ਚਲੋ ਇਹ ਲੈਂਦੀ ਆ ਟਾਈਮ ਆਫ ਦਾ ਬਣੂ ਚੰਗੀ ਬੱਚੀ। ਬਾਕੀ ਹੈਗੀਆਂ ਸਾਰੀਆਂ ਠੰਡੀਆਂ ਧੇਰੀਆਂ ਵਾ, ਹੈਗੀਆਂ ਸਾਰੀਆਂ ਗਰਮੀਆਂ ਵਾਲੀਆਂ ਵਾ, ਚੰਗੀ ਫੈਟ ਵਾਲੀਆਂ ਵਾ। ਕੱਦ ਕਾਠ ਇਹਦਾ ਸਾਰੀਆਂ ਨੇ ਉੱਚਾ ਵਾ ਤੇ ਅਜੇ ਤਿਆਰ ਹੋਣਾ ਵਾ, ਇਹਨੇ ਕੱਚੀ ਆ ਅਜੇ ਥੋੜ੍ਹੀ। ਲੈ ਜਾਓ ਜੀ, ਲੈ ਜੀ। ਤੇ ਇਹਦਾ ਮੁੱਲ ਫਿਰ? ਇਹਦਾ ਮੁੱਲ ਵੀਰ ਜੀ ਫੋਨ ਤੇ ਕਰਾਂਗੇ। ਅੱਛਾ, ਇਹਦਾ ਫੋਨ ਤੇ ਕਰਨਾ? ਹਾਂ ਇਹਦਾ ਫੋਨ ਤੇ ਕਰਨਾ। ਠੀਕ ਆ, ਇਹ ਕਿ ਚਲੋ ਹੁਣ ਸ਼ਾਮ ਛੱਡ ਕੇ ਦੇ ਦੋਗੇ? ਹਾਂਜੀ ਜੀ, ਹੁਣ ਦੀ ਸ਼ਾਮ ਛੱਡ ਕੇ ਦੇ ਦਾਂਗੇ। ਠੀਕ ਹੈ ਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਜਿਹੜੇ ਵੀਰ ਜੀ ਹੁਣ 4 ਵਕਾਓ ਕੀਤੇ, ਸੂਈਆਂ ਦੀ ਆਪਣੀ ਚਵਾਈ ਕਰਕੇ ਖੜੋ ਤੇ ਗੱਬਣਾ ਪਾਸ ਕਰਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।